ਘਰੋਂ ਫੋਨ ਆਇਆ, ਜਵਾਕਾਂ ਨੇ ਵੇਖਿਆ ਵੀ ਕੁੜੀ ਨਹੀਂ ਦਿਸ ਰਹੀ ਅੱਜ। ਉਦੋਂ ਬਾਅਦ ਇਹਨਾਂ ਨੇ ਪੁੱਛਿਆ ਉਹਨੂੰ ਵੀ ਕੁੜੀ ਕਿੱਥੇ, ਉਹਨਾਂ ਮੈਂ ਫਰੀਦਕੋਟ ਕਿਸੇ ਨੂੰ ਦੇ ਆਇਆ। ਉਹਨਾਂ ਨੇ ਇਹ ਗੱਲ ਆਖੀ ਮਾਤਾ ਨੇ ਵੀ ਸਾਨੂੰ ਫੋਨ 'ਤੇ ਗੱਲ ਕਰਵਾ ਜਿਹਨਾਂ ਨੂੰ ਤੂੰ ਕੁੜੀ ਦੇ ਕੇ ਆਈ। ਗੁੜੀਆ ਤੁਹਾਡੀ ਕੀ ਲੱਗਦੀ ਹੈ? ਭਤੀਜੀ ਆ ਜੀ ਮੇਰੀ। ਅੱਛਾ, ਅਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਮੌਤ ਕਿਵੇਂ ਹੋਈ ਹੈ ਜੀ? ਮੌਤ ਉਹਨੇ ਮਾਰਿਆ ਤਾਂ ਫੇਰ ਹੀ ਮੌਤ। ਕਿੰਨੇ ਮਾਰਿਆ ਜੀ? ਸੁਖਜਿੰਦਰ ਨੇ ਜੀ। ਉਹ ਕੌਣ ਹੈ, ਗੁੜੀਆ ਦਾ ਕੀ ਲੱਗਦਾ? ਗੁੜੀਆ ਦੇ ਡੈਡੀ ਭਰਾ ਮੇਰਾ ਜੀ। ਕਿਤੇ ਕਿਉਂ ਮਾਰਿਆ ਇਹਨੂੰ? ਮਾਂ ਤੋਂ ਬਿਨਾਂ ਬੱਚਾ ਨਹੀਂ ਰਹਿ ਸਕਦਾ, ਇਸ ਲਈ ਇਹ ਰੋਂਦੀ ਸੀਗੀ। ਉਹਦੀ ਦਾਰੂ ਪੀਤੀ ਸੀਗੀ, ਨਸ਼ੇ ਸੀਗਾ ਅਤੇ ਮਾਰਿਆ ਜੀ। ਅੱਛਾ, ਫਿਰ ਤੁਸੀਂ ਕਿਸੇ ਨੂੰ ਤਲਾਹ ਦਿੱਤੀ ਇਹਦੀ ਮੌਤ ਦੀ? ਤਲਾਹ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਾ, ਫਿਰ ਅਸੀਂ ਥਾਣੇ 'ਚ ਗਏ, ਇਹਨਾਂ ਨੂੰ ਸਾਰਿਆਂ ਨੂੰ ਸੱਦਿਆ, ਪਿੰਡ ਦੀ ਪੰਚਾਇਤ ਇਕੱਠੀ ਕੀਤੀ, ਸਾਰਿਆਂ ਨੂੰ ਤਲਾਹ ਦਿੱਤੀ ਆ ਵੀ ਇਸ ਬੰਦੇ ਨੂੰ ਫਾਂਸੀ ਦੀ ਕਰੋ ਸਾਹਿਬ ਹੋ ਜੀ। ਅਤੇ ਪੁਲਿਸ ਨੇ ਕੋਈ ਕਾਰਵਾਈ ਪਾਈ ਇਹਦੇ 'ਚ?